अमृतसर दी दुसहरे दी ओ काली रात जिसनू कोई भी व्यक्ति भुल नहीं सकता, जिस विच अमृतसर दे जोड़ा फाटक ते होए हादसे विच करीब 60 दे करीब जाना गईयां सन। हुण उन्हां परिवारां च खुशी दी लहर छाई हुई है क्योंकि सरकार वलों नौकरी देण दा फैसला कीता गया है ते परिवारक मैंबरां ने सरकार दा धन्नवाद भी कीता। हादसे दे पीड़ित दीपक ने जानकारी देंदे होए दस्सिया कि असीं 37 दे करीब फाइलां लगाईयां सन ਅਤੇ 34 ਫਾਈਲਾਂ ਸਾਡੀਆਂ ਪਾਸ ਹੋ ਚੁੱਕੀਆਂ ਹਨ। ਉਹਨਾਂ ਨੇ ਦੱਸਿਆ ਕਿ ਸਾਡੀ ਗੱਲਬਾਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਰਹੀ ਹੈ। 3 ਫਾਈਲਾਂ ਜੋ ਰਿਜੈਕਟ ਹੋਈਆਂ ਹਨ ਉਹਨਾਂ ਨੂੰ ਵੀ ਪਾਸ ਕਰਵਾਉਣ ਲਈ ਜ਼ਰੂਰ ਜ਼ੋਰ ਲਗਾਵਾਂਗੇ ਤਾਂ ਜੋ ਕਿ ਉਹ 3 ਪਰਿਵਾਰ ਵੀ ਆਪਣੀਆਂ ਨੌਕਰੀਆਂ ਪਾ ਸਕਣ। ਦੇਖੋ ਤੁਹਾਨੂੰ ਪਤਾ ਕਿ ਵੀ ਸਾਨੂੰ 2.5 ਸਾਲ ਹੋ ਗਏ ਨੇ ਲੜਾਈ ਲੜਦੇ, ਠੀਕ ਹੈ। 2.5 ਸਾਲ ਬਾਅਦ ਜਿਹੜੀ ਸਾਡੀ ਉਮੀਦਾਂ ਸੀ ਅੱਜ ਸਾਡੀਆਂ ਖਰੀਆਂ ਉਤਰੀਆਂ ਨੇ ਅਤੇ ਇਸ ਕਰਕੇ ਆਪਾਂ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਜਿਹੜਾ ਸ਼ੁਕਰੀਆ ਆਪਾਂ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਸਾਡਾ ਆਪਾਂ ਜਿੰਨੀ ਲੜਾਈ ਲੜੀ ਹੈ ਸਿਰਫ ਉਹਨਾਂ ਦੇ ਆਸ਼ੀਰਵਾਦ ਨਾਲ ਲੜੀ ਹੈ ਕਿ ਵੀ ਤੁਹਾਨੂੰ ਪਤਾ ਸਰਕਾਰ ਦੇ ਖਿਲਾਫ ਲੜਨਾ ਕੰਮ ਸੌਖਾ ਤਾਂ ਹੁੰਦਾ ਨਹੀਂ ਹੈ। ਸੋ ਅੱਜ ਉਹੀ ਫਿਰ ਆਪਾਂ ਨੂੰ ਜਦੋਂ ਸਾਨੂੰ ਰਾਤੀ ਪਤਾ ਲੱਗਾ ਤਾਂ ਸਾਰੇ ਪਰਿਵਾਰਾਂ ਨੇ ਆਪਾਂ ਸਲਾਹ ਕੀਤੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਨਤਮਸਤਕ ਹੋਵਾਂਗੇ ਅਤੇ ਉਸ ਤੋਂ ਬਾਅਦ ਜੋ ਵੀ ਆਪਾਂ ਕਰਾਂਗੇ ਅੱਗੇ। ਦੇਖੋ ਅਸੀਂ ਟੋਟਲ 37 ਫਾਈਲਾਂ ਲਗਾਈਆਂ ਸੀਗੀਆਂ ਜਿਹਦੇ ਵਿੱਚੋਂ 3 ਰਿਜੈਕਟ ਹੋਈਆਂ ਨੇ ਕੁਛ ਉਹਨਾਂ ਦੀ ਫੈਮਿਲੀ ਪ੍ਰੋਬਲਮ ਕਰਕੇ ਅਤੇ 34 ਫਾਈਲਾਂ ਉਹਨਾਂ ਨੇ ਕਲੀਅਰ ਕਰਕੇ ਅਤੇ ਸੀ ਐੱਮ ਸਾਹਿਬ ਨੇ ਰਾਤੀ ਨੋਟੀਫਿਕੇਸ਼ਨ ਜਾਰੀ ਕਰਤਾ ਉਹਦਾ ਅਤੇ ਉਹ 34 ਪਰਿਵਾਰਾਂ ਨੂੰ ਨੌਕਰੀ ਮਿਲ ਰਹੀਆਂ। ਨਹੀਂ ਹਜੇ ਡਿਪਾਰਟਮੈਂਟ ਤੋਂ ਉਹਨਾਂ ਨੇ ਕਲੀਅਰ ਨਹੀਂ ਕੀਤਾ ਫਿਲਹਾਲ। ਹਜੇ ਕੱਲ੍ਹ ਜਿਹੜੇ ਵਿਧਾਨ ਸਭਾ ਜਿਹੜਾ ਆਪਣਾ ਚੱਲਦਾ ਮੰਤਰੀ ਮੰਡਲ ਦੀ ਮੀਟਿੰਗ ਸੀਗੀ ਉਹਦੇ ਵਿੱਚ ਉਹਨਾਂ ਨੇ ਕਲੀਅਰ ਦੱਸਤਾ ਅਤੇ ਬਾਕੀ ਮੇਰੀ ਗੱਲ ਅਫਸਰਾਂ ਨਾਲ ਹੋ ਰਹੀ ਹੈ, ਬਾਕੀ ਡੀਸੀ ਸਾਹਿਬ ਨਾਲ ਬਾਕੀਆਂ ਨਾਲ, ਅਤੇ ਉਹ ਕਹਿ ਰਹੇ ਨੇ ਉਹ ਵੀ ਜਲਦੀ ਤੋਂ ਜਲਦੀ ਕਲੀਅਰ ਕਰਕੇ ਹਫ਼ਤੇ ਦੇ ਵਿੱਚ ਅਤੇ ਡਿਪਾਰਟਮੈਂਟ ਵੀ ਸਾਰਿਆਂ ਨੂੰ ਅਨਾਊਂਸ ਕਰ ਦੇਣਗੇ। ਦੇਖੋ ਤੁਹਾਨੂੰ ਪਤਾ ਕਿ ਜੋ ਸਾਡੇ ਨਾਲ ਘਾਟਾ ਹੈ ਉਹ ਤਾਂ ਕਦੀ ਵੀ ਨਹੀਂ ਪੂਰਾ ਹੋ ਸਕਦਾ, ਠੀਕ ਹੈ। ਉਹਦਾ ਸਾਡੇ ਦਿਲ 'ਚ ਹਮੇਸ਼ਾ ਦੁੱਖ ਤਾਂ ਰਹੇਗਾ ਰਹੇਗਾ, ਲੇਕਿਨ ਉਸ ਤੋਂ ਬਾਅਦ ਵੀ ਸਾਡੇ ਸੀਗੇ ਕਿ ਪਰਿਵਾਰ ਦੇ ਵਿੱਚ ਕਿ ਜਿੱਦਾਂ ਤੁਹਾਨੂੰ ਪਤਾ ਰੋਟੀ ਰੁਜ਼ਗਾਰ ਨੂੰ ਲੈ ਕੇ ਸੀਗਾ ਕਿ ਜਦੋਂ ਮੇਨ ਕਮਾਉਣ ਵਾਲੇ ਚੱਲ ਗਏ ਉਹ ਪਰਿਵਾਰ ਵਾਲੇ ਚੱਲਣਗੇ ਤਾਂ ਚੱਲਣਗੇ ਕਿਸ ਤਰ੍ਹਾਂ। ਸੋ ਇਸੇ ਕਰਕੇ ਆਪਾਂ ਪਿਛਲੇ 2.5 ਸਾਲਾਂ ਤੋਂ ਲੜਾਈ ਲੜਦੇ ਆ ਰਹੇ ਸੀਗੇ ਕਿ ਵੀ ਸਾਨੂੰ ਜੇ ਕੁਝ ਨਹੀਂ ਕਰ ਸਕਦੇ ਤਾਂ ਇੱਕ ਸਾਨੂੰ ਰੋਜ਼ਗਾਰ ਦਾ ਸਾਧਨ ਹੀ ਦੇ ਦਿਓ। ਸੋ ਸਰਕਾਰ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਇਹ ਜਿਹੜੀ ਮੰਗ ਸੀਗੀ ਪੂਰੀ ਕੀਤੀ ਹੈ ਅਤੇ ਸਾਨੂੰ ਇੱਕ ਰੋਜ਼ਗਾਰ ਦਾ ਸਾਧਨ ਦਿੱਤਾ। ਦੇਖੋ ਜੀ, ਆਪਾਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਇਸ ਚੀਜ਼ ਵਾਸਤੇ ਆਪਾਂ 2.5 ਸਾਲ ਸੰਘਰਸ਼ ਕੀਤਾ ਵਾ ਅਤੇ ਚਲੋ ਕਹਿੰਦੇ ਨੇ ਭਗਵਾਨ ਦੇ ਘਰ ਦੇਰ ਆ ਅੰਧੇਰ ਨਹੀਂ ਆ, ਅਤੇ ਚਲੋ ਦੇਰ ਸਵੇਰ ਸਹੀ, ਮਤਲਬ ਕਿ ਆਪਣੇ ਪੰਜਾਬ ਸਰਕਾਰ ਨੇ ਚਲੋ ਨੌਕਰੀਆਂ ਦਾ ਐਲਾਨ ਕਰਕੇ ਮਤਲਬ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ, ਪਰ ਜਿਹੜੀ ਆਪਣੇ ਕਮੀ ਆਪਣੇ ਬੱਚਿਆਂ ਦੀ ਜਿਹੜੀ ਆਪਣੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਕਮੀ ਤਾਂ ਸਾਰੀ ਉਮਰ ਨਹੀਂ ਪੂਰੀ ਹੋ ਸਕਦੀ, ਠੀਕ ਹੈ। ਦੇਖੋ ਜੀ, ਸਰਕਾਰ ਨੂੰ ਆਪਾਂ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਿ ਆਪਣੇ ਦੇਖੋ ਜੀ ਆਪਣੇ ਲੋਕਾਂ ਕੋਲ ਤਾਂ ਹੁਣ ਮਤਲਬ ਕਿ ਆਪਣੇ ਪੈਸਾ ਇੱਕ ਪੈਸਾ ਤੱਕ ਤਾਂ ਨਹੀਂ ਬਚਿਆ ਜੀ ਲੋਕਾਂ ਕੋਲ, ਲੋਕਾਂ ਕੋਲ ਦੁੱਧ ਲੈਣ ਜੋਗੇ ਪੈਸੇ ਨਹੀਂ, ਕਿਸੇ ਕੋਲ ਬੱਚਿਆਂ ਦੀ ਪੜ੍ਹਾਈ ਜੋਗੇ ਪੈਸੇ ਨਹੀਂ ਜੀ। ਹੁਣ ਲੋਕਾਂ ਨੂੰ ਇਹ ਰਾਹਤ ਤਾਂ ਹੋਏਗੀ ਨਾ, ਪਤਾ ਹੈ ਕਿ ਆਪਣੇ ਨੌਕਰੀ ਮਿਲ ਗਈ ਹੈ ਅਤੇ ਮਹੀਨੇ ਬਾਅਦ ਜਿਹੜੀ ਜਿਹੜੀ ਸੈਲਰੀ ਆਏਗੀ ਉਹਨਾਂ ਵਿੱਚ ਉਹ ਆਪਣਾ ਗੁਜ਼ਾਰਾ ਕਰ ਸਕਣਗੇ ਆਰਾਮ ਦੇ ਨਾਲ। ਹਾਂਜੀ ਬਿਲਕੁਲ ਜੀ, ਆਪਣੇ ਦੇਖੋ ਜੀ ਸਾਨੂੰ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਆ, ਠੀਕ ਹੈ ਜੀ। ਸਾਨੂੰ ਪਹਿਲਾਂ ਆਪਾਂ ਦਰਬਾਰ ਸਾਹਿਬ ਜਾਵਾਂਗੇ, ਉੱਥੇ ਆਪਣੇ ਮੱਥਾ ਟੇਕ ਕੇ ਅਤੇ ਬਾਕੀ ਅਗਲੇ ਕਾਰਵਾਈ ਜੋ। ਨਿਊਜ਼ ਡੈਸਕ ਤੋਂ ਮਮਤਾ ਮਾਨ ਦੇ ਨਾਲ ਮਨਿੰਦਰ ਕੌਰ, ਵਾਇਸ ਆਫ ਪੰਜਾਬ, ਅੰਮ੍ਰਿਤਸਰ। ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ, ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ, ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ, ਤਾਂ ਸੋਚਦੇ ਕੀ ਹੋ, ਅੱਜ ਹੀ ਜੁੜੋ ਵਾਇਸ ਆਫ ਪੰਜਾਬ ਦੇ ਨਾਲ। ਵਾਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ, ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ, 9816400041, 9786400870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ਆਈਡੀ ਹੈ voiceofpunjabtv@gmail.com।